पठानकोट दे विच कल खबर आई सी कि बुजुर्ग दंपति का बेरहमी दे नाल उन्हां दे घर दे विच कतल कर दिता गया। इस कतल तो बाद इह पठानकोट दे मानावाल पिंड दा एरिया सी जिथे कतल किया गया। उन्हां दे जवाक जिहड़े सीगे यूके दे विच रहिंदे सीगे, पर इह कह सकदे आ कि उन्हां दे माँ बाप का यह आखिरी समा उन्हां दे नाल गल करना भी नसीब नहीं उन्हां नूं होया। पर हुण इस कतल की गुत्थी खुल गई है। मामला दरअसल यह सी कि इन्हां दे जिहड़ा जोड़ा जिहदा कतल किया गया पठानकोट दे विच, उन्हां दे ही नौकर ने, दरअसल हाउस हेल्प दी एक मुंडा रख्या होया सीगा ते मुंडे ने ही उन्हां दा कतल कर दिता ते उस तों बाद इन्हां दी स्कूटी जिहड़ी है उस नूं लै के फरार हो गया। कहा जा रहा कि जो पुलिस की इन्वेस्टिगेशन उहदे विच इह पता लग्गिया कि मामला सिर्फ नौकरी के उत्ते पैसे तनखाह वधाउण नूं होया सीगा, जिस करके इह गुस्से च आउंदा ते इस बजुर्ग दंपति का कतल कर दिंदा। बजुर्ग दंपति के दोवें बच्चे यूके दे विच रहिंदे ने और यह जोड़ा पठानकोट के मानावाल के कला रहिंदा सी, पर अचानक कल सवेरे खबर मिलती है कि इन्हां दी मौत हो गई है। बड़े भेत भरे हालातों के मौत हुई सी, हुण पता लग्या कि घर के डोमैसटिक हैल्प लिए रख्या गया मुंडे ने ही इन्हां दा कतल कर दिता ते उस तों बाद इन्हां दी स्कूटरी लैके फरार हो गया। मामला दरअसल यह सीगा कि तनखाह वधाउण नूं लैके झगड़ा चल रहा सी ते उस तों बाद जिहड़ी है गल गर्म जोशी ते पहुँच जाती है, गर्म हो जाते इन्हां दे दोहें ते उस तों बाद कतल किया जाता। हालांकि रिमांड लै लिया गया, उस तो बाद हुण इन्वेस्टिगेशन अंडर है। मामले दे विच बहुत सारिया जिहड़ियां तहां ने खुल सकदियां ने कि कतल क्यों किस तरीके दे नाल कीता गया। फिलहाल ਇਹ ਉਹ ਸ਼ਖਸ ਹੈ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਡੋਮੈਸਟਿਕ ਹੈਲਪ ਲਈ ਸੀਗਾ ਅਤੇ ਉਹਨਾਂ ਦੀ ਸਕੂਟੀ ਲੈ ਕੇ ਮੁੜ ਕੇ ਫਰਾਰ ਹੋ ਜਾਂਦਾ ਹੈ। ਗੱਲਬਾਤ ਹੋਈ ਹੈ ਪੁਲਿਸ ਕਮਿਸ਼ਨਰ ਦੇ ਨਾਲ, ਕੀ ਕਹਿੰਦੇ ਨੇ ਤੁਹਾਨੂੰ ਸੁਣਾਉਂਦੇ ਹਾਂ। ਕਾਫੀ ਉੱਥੇ ਖੂਨ ਹੋਣ ਕਰਕੇ ਉਹਦੇ ਜਿਹੜੇ ਕ੍ਰਿਮੀਨਲ ਦੇ ਜਿਹੜੇ ਫੁੱਟਪ੍ਰਿੰਟ ਸੀਗੇ ਉੱਥੇ ਸਾਨੂੰ ਉਹ ਮਿਲੇ। ਕਾਫੀ ਜਦੋਂ 2-3 ਘੰਟੇ ਸੀਨ ਆਫ ਕ੍ਰਾਈਮ 'ਤੇ ਲੱਗੇ ਤਾਂ ਉਹ ਫੁੱਟਪ੍ਰਿੰਟ ਉੱਥੋਂ ਮਿਲ ਗਏ। ਫਿਰ 2-3 ਘੰਟਿਆਂ ਬਾਅਦ ਇੱਕ ਗੱਲ ਹੋਰ ਨੋਟਿਸ 'ਚ ਆਈ ਵੀ ਜਿਹੜੀ ਉਹ ਬੰਦੇ ਦੀ ਮਰਨ ਵਾਲੇ ਦੀ ਜਿਹੜੀ ਸਕੂਟਰ ਸੀਗਾ, ਸਕੂਟੀ ਕਹਿ ਦਿੰਦੇ ਆ, ਐਕਟਿਵਾ ਬਲੈਕ ਕਲਰ ਦੀ, ਉਹ ਵੀ ਮਿਸਿੰਗ ਸੀਗੀ। ਦੈਨ ਉਹਨਾਂ ਦਾ ਇੱਕ ਨੌਕਰ ਡੋਮੈਸਟਿਕ ਹੈਲਪ ਰੱਖੀ ਸੀ, ਬਲਵਿੰਦਰ ਸਿੰਘ ਸੀਗਾ ਉਹਦਾ ਨਾਂ, ਏਲੀਅਸ ਕਾਲੂ, ਬਲਵਿੰਦਰ ਸਿੰਘ ਏਲੀਅਸ ਕਾਲੂ। ਇਹ ਮਹੀਨਾ ਕੁ ਪਹਿਲਾਂ ਹੀ ਇਹਨਾਂ ਨੇ, ਲੋਕਲ ਬੰਦਾ ਸੀਗਾ ਇੱਥੇ ਮਨਵਾਲ ਦਾ, ਇਹ ਇਹਨਾਂ ਨੇ ਆਪਣੇ ਘਰ ਰੱਖਿਆ ਸੀਗਾ। ਆਪਣੀ ਚੱਕੀ ਦਾ ਕੰਮ ਕਰਦੇ ਸੀ, ਆਟਾ ਜਿਹੜੀ ਪੀਸਣ ਵਾਲੀ ਚੱਕੀ ਆ ਉਹਦਾ ਇਹਨਾਂ ਦਾ ਕੰਮ ਸੀ ਓਪੋਜ਼ਿਟ ਆਪਣੇ ਘਰ ਦੇ ਬਾਹਰ ਹੀ। ਅਤੇ ਉਹਦੇ ਨਾਲ ਇਹਨਾਂ ਦਾ ਹੁਣ ਤਨਖਾਹ ਦੇਣ ਦੇ ਟਾਈਮ ਤੋਂ ਕੋਈ ਡਿਸਪਿਊਟ ਚੱਲ ਰਿਹਾ ਸੀ ਵੀ ਉਹ ਆਪਣੀ ਤਨਖਾਹ ਮਹੀਨੇ ਦੀ ਪੇ ਮੰਗ ਰਿਹਾ ਸੀਗਾ ਔਰ ਇਹਨਾਂ ਦਾ ਕੋਈ ਪੇ ਦੇ ਰਿਗਾਰਡਿੰਗ ਵੀ ਇਹ ਕਹਿ ਰਹੇ ਸੀ ਤੇਰੀ ਇੰਨੀ ਬਣਦੀ ਆ, ਉਹ ਕਹਿ ਰਿਹਾ ਸੀ ਮੇਰੀ ਇੰਨੀ ਬਣਦੀ ਆ, ਥੋੜ੍ਹਾ ਜਿਹਾ ਇਹਨਾਂ ਦਾ ਕੋਈ ਚੱਲ ਰਿਹਾ ਸੀਗਾ। ਉਹ ਬੰਦਾ ਵੀ ਗਾਇਬ ਪਾਇਆ ਗਿਆ। ਉਹਦੇ ਘਰ ਜਾ ਕੇ ਪਤਾ ਕੀਤਾ ਗਿਆ ਵੀ ਉਹ ਘਰ ਵੀ ਨਹੀਂ ਪਹੁੰਚਿਆ ਸੀਗਾ। ਉੱਥੋਂ ਜਿਹੜੀ ਸ਼ੱਕ ਦੀ ਸੂਈ ਹੈਗੀ ਆ ਉਹ ਨੌਕਰ ਵਾਲੇ ਪਾਸੇ ਨੂੰ ਚਲੇ ਗਈ। ਫਿਰ ਅਸੀਂ ਇਹਦੀ ਜਿਹੜੀ CCTV ਟ੍ਰੇਲ ਹੈਗੀ ਆ ਉਹ ਸ਼ਹਿਰ ਦੇ ਵਿੱਚ ਸਾਰੀ ਚੈੱਕ ਕੀਤੀ। ਅਸੀਂ ਆਪਣੇ ਵੀ ਕਾਫੀ ਕੈਮਰਾਜ਼ ਲਗਾਏ ਹੋਏ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਅਤੇ ਉਹ ਸਾਰੀ ਚੈਕਿੰਗ ਕਰਨ ਤੋਂ ਬਾਅਦ ਸ਼ਹਿਰ ਦੇ ਵਿੱਚ ਡਿਵੀਜ਼ਨ ਨੰਬਰ 1 ਦੇ ਏਰੀਏ ਦੇ ਵਿੱਚ ਸਾਨੂੰ ਕਾਲੇ ਰੰਗ ਦਾ ਸਕੂਟਰ ਬਰਾਮਦ ਹੋ ਗਿਆ। ਉਹਦੀ CCTV ਫੁਟੇਜ ਤੋਂ ਚੈੱਕ ਕੀਤਾ ਤਾਂ ਉਹੀ ਬੰਦਾ ਜਿਹੜਾ ਹੈਗਾ ਉਹ ਇੱਕ ਜਗ੍ਹਾ 'ਤੇ ਖੜ੍ਹਾ ਕਰਕੇ ਉੱਥੋਂ ਚਲਿਆ ਜਾਂਦਾ। ਉਹ ਤੋਂ ਅੱਗੇ ਦੀ ਜਿਹੜੀ ਉਹਦੇ ਕੱਪੜੇ ਸੀਗੇ ਜਿਹੜੇ ਉਹਨੇ ਪਾਏ ਸੀਗੇ ਉਹ ਕੱਪੜੇ ਮਰਨ ਵਾਲੇ ਦੇ ਹੀ ਕੱਪੜੇ ਸੀਗੇ। ਮਤਲਬ ਕਿ ਜਿੱਦਾਂ ਬੰਦਾ ਕੋਈ ਕ੍ਰਾਈਮ ਕਰਦਾ ਆ, ਕੋਈ ਬਲੱਡ ਸਟੇਨ ਤੁਹਾਡੇ ਕੱਪੜਿਆਂ 'ਤੇ ਆ ਜਾਂਦੇ ਆ, ਉਹਨਾਂ ਨੂੰ ਛੁਪਾਉਣ ਲਈ ਬੰਦਾ ਕੱਪੜੇ ਚੇਂਜ ਕਰਦਾ, ਬਟ ਉਹ ਉਸੇ ਬੰਦੇ ਦੇ ਕੱਪੜੇ ਸੀ ਜਿਨ੍ਹਾਂ ਦਾ ਕਤਲ ਹੋਇਆ। ਇੱਥੋਂ ਹੋਰ ਵੀ ਜ਼ਿਆਦਾ ਜਿਹੜਾ ਸ਼ੱਕ ਹੈਗਾ ਆ ਉਹ ਸਾਡਾ ਉਹ ਸਾਬਤ ਹੋ ਗਿਆ ਵੀ ਇਹ ਬੰਦਾ ਨਹੀਂ ਇਹ ਕੰਮ ਕੀਤਾ ਹੋਣਾ। ਫਿਰ ਉਹਦੀ ਜਿਹੜੀ ਆ ਆਪਾਂ ਸਕੂਟਰ ਦੀ ਚੈਕਿੰਗ ਕੀਤੀ ਅਤੇ ਉਹਦੇ ਵਿੱਚੋਂ ਉਹ ਵਾਲੇ ਬਲੱਡ ਸਟੇਨ ਵਾਲੇ ਕੱਪੜੇ ਵੀ ਮਿਲ ਗਏ ਜਿੱਥੋਂ ਜਿਹੜੇ ਕਿ ਜਿਨ੍ਹਾਂ 'ਤੇ ਬਲੱਡ ਲੱਗਾ ਹੋਇਆ। ਅਸੀਂ ਸਾਰੀ ਸਾਇੰਟੀਫਿਕਲੀ ਤਫਤੀਸ਼ ਕਰ ਰਹੇ ਹਾਂ। ਜਿਹੜਾ ਕੇਸ ਹੈਗਾ ਆ ਹੁਣ ਤੱਕ ਉਹ ਬਲਵਿੰਦਰ ਸਿੰਘ ਨੇ ਹੀ ਇਹ ਕਤਲ ਕੀਤਾ ਲੱਗਦਾ, ਜਿਹੜਾ ਉਹਨਾਂ ਦਾ ਨੌਕਰ ਸੀਗਾ, ਜਿਹੜਾ ਉਹਨਾਂ ਦਾ ਕੰਮ ਕਰਿੰਦਾ ਸੀਗਾ। ਉਹਦੇ ਭਾਲ ਲਈ ਅਸੀਂ ਡਿਫਰੈਂਟ 5-6 ਪੁਲਿਸ ਪਾਰਟੀਆਂ ਬਣਾਈਆਂ ਹੋਈਆਂ। ਅਸੀਂ ਜਿਹੜੀ CCTV ਦੀ ਅਗਲੀ ਟ੍ਰੇਲ ਹੈਗੀ ਆ ਉਹਨੂੰ ਵੀ ਚੈੱਕ ਕਰ ਰਹੇ ਹਾਂ ਔਰ ਉਮੀਦ ਹੈਗਾ ਵੀ ਅਸੀਂ ਬਹੁਤ ਜਲਦੀ ਜਿਹੜਾ ਉਹਨੂੰ ਫੜ ਕੇ ਅਤੇ ਸਾਰਾ ਜਿਹੜਾ ਬਾਕੀ ਰਹਿੰਦੀ ਤਫਤੀਸ਼ ਆ ਉਹ ਮੁਕੰਮਲ ਕਰ। ਇਹਦੇ ਉੱਪਰ ਤਫਤੀਸ਼ ਚੱਲ ਰਹੀ ਆ। ਉਹ ਲੋਕਲ ਬੰਦਾ ਹੈਗਾ ਮੰਗਵਾਲ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ, ਉਹਦੇ ਬਾਕੀ ਜਿਹੜੀ ਫੈਮਿਲੀ ਉਹਨਾਂ ਤੋਂ ਵੀ ਪੁੱਛ ਪੜਤਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜਾ ਇਹ ਕੱਪੜੇ ਮਿਲੇ ਹੈਗੇ ਆ ਇਹਨਾਂ ਦੀ ਤਸਦੀਕ ਵੀ ਅਸੀਂ ਜਿਹੜੀ ਮਦਈ ਆ ਜਿਹੜੇ ਸਾਡੇ ਡਿਜ਼ੀਜ਼ਡ ਹੈਗੇ ਆ ਉਹਨਾਂ ਦੀ ਬੇਟੀ ਤੋਂ ਕਰਵਾਈ ਆ, ਜਿਹਨੇ ਸਾਨੂੰ ਦੱਸਿਆ ਵੀ ਮੇਰੇ ਫਾਦਰ ਦੀ ਇਹ ਕੱਪੜੇ ਹੈਗੇ ਆ। ਅਤੇ ਸਾਰਾ ਜਿਹੜੀ ਇਨਵੈਸਟੀਗੇਸ਼ਨ ਸਾਇੰਟੀਫਿਕਲੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਔਰ ਬੜੀ ਜਲਦੀ ਅਸੀਂ ਇਹਨੂੰ ਫੜ ਕੇ ਅਤੇ ਅਰੈਸਟ ਕਰਾਂਗੇ। ਕੀ ਲੱਗਦਾ ਸਰ ਇਹ 'ਚ?